ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸੰਗਤਾਂ ਦੇ ਚਰਨਾਂ ਦੀ ਧੂੜ ਮਸਤਕ 'ਤੇ ਲਾਉਣ ਲਈ ਸੁਭਾਗ ਸਾਨੂੰ ਬਖਸ਼ਿਸ਼ ਕੀਤਾ। ਵੈਸੇ ਸਰਦਾਰ ਦੀਦਾਰ ਸਿੰਘ ਦੀ ਬੈਂਸ, ਮੈਂ ਉਹਨਾਂ ਦਾ ਬੜਾ ਨਾਂ ਸੁਣਿਆ ਸੀ। ਮੈਂ ਆਪਣੇ ਪਰਮ ਪੂਜਾ ਪਿਤਾ ਗਿਆਨੀ ਦਇਆ ਸਿੰਘ ਦਿਲਬਰ ਜੀ ਦੀ ਇੱਕ ਜੀਵਨੀ ਕਿਤਾਬ ਦੇ ਰੂਪ ਵਿੱਚ ਲਿਖੀ ਹੈ, ਪਰ ਮੈਨੂੰ ਮੇਰੇ ਪਿਤਾ ਜੀ ਉਹਨਾਂ ਦੀਆਂ ਗੱਲਾਂ ਸੁਣਾਇਆ ਕਰਦੇ ਸਨ, ਪਰ ਉਹਨਾਂ ਗੱਲਾਂ ਦਾ ਜ਼ਿਕਰ ਮੈਂ ਉਸ ਕਿਤਾਬ ਦੇ ਵਿੱਚ ਜ਼ਿਕਰ ਵੀ ਕੀਤਾ ਹੈ। ਭਾਵੇਂ ਮੈਨੂੰ ਉਹਨਾਂ ਦੇ ਦਰਸ਼ਨ ਤੇ ਨਹੀਂ ਹੋ ਸਕੇ, ਉਹਨਾਂ ਦੇ ਭਰਾਤਾ ਜੀ ਦੇ ਦਰਸ਼ਨ ਹੋਏ ਨੇ, ਗਰੇਵਾਲ ਸਾਹਿਬ ਦੇ ਦਰਸ਼ਨ ਹੋਏ ਨੇ, ਗੁਰਮੇਰ ਸਿੰਘ ਜੀ ਦੇ ਦਰਸ਼ਨ ਹੋਏ ਨੇ, ਪੰਮਾ ਜੀ ਦੇ ਦਰਸ਼ਨ ਹੋਏ ਨੇ। ਸੱਚਮੁੱਚ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਲੇ ਤਾਰੀਫ ਹੈ। ਮੇਰੇ ਕੋਲ ਕੁਛ ਸ਼ਬਦ ਨਹੀਂ ਕਿ ਕਿਹਨਾਂ ਸ਼ਬਦਾਂ ਦੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਾਂ। ਮੈਂ ਇੱਕ ਬੇਨਤੀ ਕਰਦਾ ਵਾਂ, ਭਾਈ ਢਾਡੀ ਸ਼ਬਦ ਦਾ ਸਤਿਕਾਰ ਕਰਿਆ ਕਰੋ। ਮੈਨੂੰ ਗੱਲ ਯਾਦ ਆ ਗਈ, ਮੈਂ ਪੰਜਾਬ 'ਚ ਇੱਕ ਪ੍ਰੋਗਰਾਮ ਕਰਨ ਗਿਆ, ਉੱਥੇ ਦੋ ਨੌਜਵਾਨ ਖੜ੍ਹੇ ਗੱਲਾਂ ਕਰਨ ਪਏ। ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਅਸਾਂ ਨੇ ਸਰਪੰਚ ਸਾਹਿਬ ਦੇ ਘਰ ਜਾਣਾ ਹੈ। ਉਹਨਾਂ ਨੇ ਰਸਤਾ 'ਤੇ ਸਾਨੂੰ ਦੱਸ ਦਿੱਤਾ ਅਤੇ ਨਾਲ ਦਾ ਦੋਸਤ ਨੂੰ ਪੁੱਛਦਾ ਵੀ ਇਹ ਕੌਣ ਹੈ, ਕਹਿੰਦਾ ਢਾਡੀ ਢੁੱਡੀ ਹੋਣੀ ਨੇ ਹੋਰ ਕੌਣ ਹੋਣੀ। ਮੈਂ ਗੱਡੀ ਖੜ੍ਹੀ ਕੀਤੀ, ਮੈਂ ਕਿਹਾ ਬੇਟਾ ਢਾਡੀ 'ਚ ਹੋਇਆ ਢੁੱਡੀ 'ਚ ਹੋਇਆ ਕੁਛ, ਮੇਲੇ ਜੋ ਕਿ ਪਾਸੇ ਨੂੰ ਤੁਰਦਾ। ਮੈਂ ਕਾਸ਼ੀਪੁਰ ਚਲਾ ਗਿਆ ਅਤੇ ਮੈਂ ਉੱਥੇ ਅਨਾਊਂਸਮੈਂਟ ਕੀਤੀ, ਮੈਂ ਕਿਹਾ ਵੀ ਭਾਈ ਸਾਹਿਬ ਜੇ ਕਿਸੇ ਨੂੰ ਸਾਡੇ ਵਿਜ਼ਟਿੰਗ ਕਾਰਡ ਦੀ ਲੋੜ ਹੋਵੇ ਨਾ, ਉਹ ਸਾਡੇ ਕੋਲ ਆਣ ਕੇ ਲੈ ਸਕਦਾ। ਉਹ ਇੱਕ ਸੱਜਣ ਆਏ, ਮੈਨੂੰ ਕਹਿੰਦੇ ਗਿਆਨੀ ਜੀ ਆਪਣਾ ਵਿਜ਼ਟਿੰਗ ਕਾਰਡ ਦਿਓ। ਮੈਂ ਉਹਨੂੰ ਕਾਰਡ ਦੇ ਦਿੱਤਾ ਅਤੇ ਚਲਾ ਗਿਆ। 15 ਕੁ ਮਿੰਟਾਂ ਬਾਅਦ ਫੇਰ ਆ ਗਿਆ, ਕਹਿੰਦਾ ਗਿਆਨੀ ਜੀ 10-12 ਕਾਰਡ ਹੋਰ ਦੇ ਦਿਓ। ਮੈਂ ਕਿਹਾ ਭਾਈ ਕਾਰਡ 'ਤੇ ਇੱਕੋ ਹੀ ਬਹੁਤ ਹੁੰਦਾ, ਵੀ ਤੁਸੀਂ ਨੇ ਇੰਨੀ ਕਾਰਡ ਕਰਨੀ ਕੀ ਹੈ। ਉਹ ਬਨਾਸ ਵਾਰ ਕੇ ਕਹਿੰਦਾ ਗਿਆਨੀ ਜੀ ਦਰਅਸਲ ਗੱਲ ਇਹ ਆ ਵੀ ਤੁਹਾਡੇ ਕਾਰਡ ਨਾਲ ਭੁੱਖੀ ਬੜੀ ਸੁਨਖਾ ਹੋ ਜਾਂਦੀ ਹੈ। ਕਈ ਸੱਜਣ ਸਾਡੇ ਕੋਲ ਭੁੱਖੀ ਖਾਣ ਵਾਸਤੇ ਵੀ ਕਾਰਡ ਲੈ ਲੈਂਦੇ। ਤਾਂ ਭਾਈ ਇਹੋ ਜਿਹੇ ਕੰਮਾਂ ਵਾਸਤੇ ਨਹੀਂ, ਘਰ ਦੇ ਪ੍ਰੋਗਰਾਮ ਕਰਨ ਵਾਸਤੇ। ਦੇਖੋ ਚਿੱਠੀ ਪੱਤਰ ਵਾਸਤੇ ਦੋ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇੱਕ ਨਾਂ ਇੱਕ ਸ਼ਹਿਰ ਦਾ ਨਾਂ। ਦਿਲਬਰ ਨਵਾਂ ਸ਼ਹਿਰ ਲਿਖਦੇ ਹੋ ਵੀ ਚਿੱਠੀ ਮਿਲ ਜਾਂਦੀ ਹੈ, ਕਦੀ ਇੰਡੀਆ ਆਓ ਪੰਜਾਬ ਆਓ, ਸਾਡੇ ਵਿਹੜੇ ਦੀਆਂ ਦਿੱਲੀ ਦਾ ਤੁਹਾਡਾ ਸਵਾਗਤ ਕਰਨਗੀਆਂ। ਫਿਰ ਕਦੀ ਸਮਾਂ ਮਿਲਿਆ ਦਰਸ਼ਨ ਕਰਾਂਗੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਢਾਡੀ ਕਿਸ ਨੂੰ ਆਖੀ ਹੈ ਕਿ ਖਸਮੇ ਕਰੇ ਪਿਆ ਦਰਖਲਾ ਸੇਵਾ ਕਰੇ ਗੁਰ ਸ਼ਬਦ ਦੀ ਵਿਚਾਰ। ਸਾਡੇ ਵੀਰ ਕੁਲਦੀਪ ਸਿੰਘ ਜੀ ਥੋਪਾ ਰਾਏ, ਜਿਹਨਾਂ ਨੂੰ ਢਾਡੀ ਕਲਾ ਦੇ ਨਾਲ ਬੜਾ ਅੰਕਾਂ ਦਾ ਉਹ ਹੈ। ਜੇ ਮੈਂ ਇਹ ਕਹਿ ਦਿਆਂ ਨਾ ਵੀ ਇਹ ਢਾਡੀ ਕਲਾ ਦੀ ਸ਼ਦਾਈ ਨੇ, ਇਹਦੇ ਵਿੱਚ ਵੀ ਕੋਈ ਅਤਕਥ ਨਹੀਂ ਹੈ। ਉਹਨਾਂ ਨੇ ਦਿਲ ਦੀ ਬੁੱਕਲ ਵਿੱਚ ਬੜਾ ਪਿਆਰ ਦਿੱਤਾ, ਬੜਾ ਸਤਿਕਾਰ ਦਿੱਤਾ। ਮੈਂ ਅੰਤ ਵਿੱਚ ਉਹਨਾਂ ਸਮੁੱਚੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਸਾਰੀਆਂ ਸੰਗਤਾਂ ਦਾ ਬਹੁਤ ਹੀ ਧੰਨਵਾਦ ਕਰਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਦਾ। ਮੇਰਾ ਸ਼ਹਿਨਸ਼ਾਹ ਸਾਰੀ ਸੰਗਤ ਵਿੱਚ ਪ੍ਰੇਮ ਪਿਆਰ ਇਤਫਾਕ ਬਣਾ ਕੇ ਰੱਖੇ ਮੇਰੇ ਸਤਿਗੁਰੂ, ਸਾਰੀਆਂ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੀ ਜਾਗਣੀ ਸਿਮਰਨ ਦੀਆਂ ਬਾਤਾਂ ਬਖਸ਼ਿਸ਼ ਕਰੇ। ਅੰਤ ਵਿੱਚ ਲੰਗਰ ਕਮੇਟੀ ਦਾ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਾਰ ਮੈਂ ਫਿਰ ਕਹਿ ਕੇ ਸ਼ੁਕਰਗੁਜ਼ਾਰ ਹਾਂ। ਸਾਰੀਆਂ ਸੰਗਤਾਂ ਦਾ ਧੰਨਵਾਦ, ਬਹੁਤ ਬਹੁਤ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਧੰਨਵਾਦ, ਜਿਨ੍ਹਾਂ ਦੀ ਛਤਰ ਛਾਇਆ ਹੇ ਉਹਨਾਂ ਸ਼ਹੀਦਾਂ ਦੀ ਯਾਦ ਬਣਾਈ ਗਈ ਹੈ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਢਾਡੀ ਸਿੰਘਾਂ ਨੂੰ ਬੇਨਤੀ ਕਰਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆ ਜਾਣ ਅਤੇ ਅਸੀਂ ਉਹਨਾਂ ਦਾ ਸਨਮਾਨ ਕਰੀਏ। ਨਾਲ ਹੀ ਮੈਂ ਬੇਨਤੀ ਕਰਾਂ ਸਰਦਾਰ ਬਲਰਾਜ ਸਿੰਘ ਜੀ ਢਿੱਲੋਂ ਅਤੇ ਸਰਦਾਰ ਤਨਵੀਰ ਸਿੰਘ ਜੀ ਗਿੱਲ, ਇਹ ਉਹਨਾਂ ਨੂੰ ਤੁਰਸ਼ ਨਹੀਂ ਭੇਟਾਂ ਜਿਹੜਾ ਅਸੀਂ ਇਹਨਾਂ ਦਾ ਸਤਿਕਾਰ ਵਜੋਂ ਕਰ ਸਕਦੇ ਹਾਂ, ਉਹ ਇਹਨਾਂ ਨੂੰ ਅਰਪਣ ਕਰਨ ਲਈ ਸਰਦਾਰ ਤਨਵੀਰ ਸਿੰਘ ਜੀ ਗਿੱਲ, ਸਰਦਾਰ ਬਲਰਾਜ ਸਿੰਘ ਜੀ ਢਿੱਲੋਂ ਅਤੇ ਭਾਈ ਸਾਹਿਬ ਸਿੰਘ ਜੀ ਢਾਡੀ ਜਥੇ ਨੂੰ ਸਿਰੋਂ ਪਾਉਣ ਬਖਸ਼ਿਸ਼ ਕਰਨਗੇ ਜੀ। ਸੋ